हाँ जी सत श्री अकाल दोस्तों, थोड़ा भी रघबीर सिंह भरोवाल। अज असी पहुँचे हाँ चंडीगढ़ सुखना लेक के किनारे। तो अज हैगा जी 14 फरवरी वैलेंटाइन डे, प्रेमियां दा दिन जिन्हों कहिंदे आ। सौरा साहब सत श्री अकाल, स्वागत है जी। सो किवें देखदे हो अज दे दिन नूं जी, प्रेमियां दे दिन नूं? हाँ बिल्कुल जी, असी तां मैं तां इहनूं हमेशा ही सिख एंगल तों देखदा हुंदा। महाराज ने कहा जिन प्रेम की उतन ही प्रभ पायो। प्रेम बहुत उच्ची सुची चीज़ आ, पर इहनूं असीं घड़ीस घड़ूस के मतलब नंगा करता है ना। इहनूं मोर लस्ट नूं प्रेम समझण लग गए। प्रेम इह धोतली चीज़ आ। प्रेम जिहड़ा हैगा कुछ देण दी गल करदा। प्रेम दा मतलब आ कुछ देणा, बिल्कुल है ना। अज दा प्रेम आ कुछ लैणा, बिल्कुल। तूं मैनूं गिफ्ट दे तां प्रेम, लैण दी विरती इहदे विच, देण दी विरती नहीं हैगी। ਸੋ ਪਰ ਫਿਰ ਵੀ ਚਲੋ ਪ੍ਰੇਮ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਲਈ ਬੜਾ ਮਹੱਤਵਪੂਰਨ ਦਿਨ ਹੈ ਇਹ। ਅਤੇ ਇਹ ਥੋੜ੍ਹੀ ਜਿਹੀ ਮੈਨੂੰ ਵੱਖਰੀ ਚੀਜ਼ ਲੱਗੀ ਇੰਨੇ ਸਾਲਾਂ ਬਾਅਦ ਕਨੇਡਾ ਤੋਂ ਇੱਥੇ ਆ ਕੇ, ਬਈ ਇਹ ਦਿਨ ਨੂੰ ਇੱਥੇ ਬਹੁਤ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ। ਸਾਨੂੰ ਆਪਾਂ ਯਾਦ ਵੀ ਨਹੀਂ ਸੀਗਾ ਹੈ ਨਾ, ਅੱਜ ਬਿਲਕੁਲ ਆਪਣਾ ਸੁਖਨਾ ਲੇਕ 'ਤੇ ਇੱਥੇ ਅਸੀਂ ਆਏ ਸੀ ਵੀ ਚਲੋ ਇੱਕ ਪੋਡਕਾਸਟ ਕਰਦੇ ਹਾਂ। ਪਰ ਇੱਥੇ ਆ ਕੇ ਦੇਖਿਆ ਇੱਥੇ ਚਹਿਲ ਪਹਿਲ ਆ ਜਿਹੜੀ ਬਹੁਤ ਕਮਾਲ ਦੀ ਆ। ਇੱਥੋਂ ਦੇ ਕਲੱਬ ਪੱਬ ਅਤੇ ਜਿਹੜੀ ਰੰਗੀਨੀ ਵਾਲੀ ਲਾਈਫ ਆ, ਬਿਲਕੁਲ ਉਹ ਭਰੂ ਪੈ ਗਈ ਸਾਰੇ ਕਾਸੇ 'ਤੇ। ਅਤੇ ਚੇਂਜ ਹੋ ਰਿਹਾ ਜੀ ਭਾਰਤ, ਬਿਲਕੁਲ। ਅਤੇ ਤੁਸੀਂ ਦੇਖ ਲਓ ਵੀ ਜਿਹੜੀਆਂ ਇਹ ਬੋਟਿੰਗ, ਜਿਹੜੀਆਂ ਇਹ ਸੁਖਨਾ ਲੇਕ 'ਤੇ ਜਿੰਨੀਆਂ ਇਹ ਬੋਟਸ ਆ ਨਾ, ਹਾਂਜੀ, ਪੂਰੇ ਦਿਨ ਲਈ ਫੁੱਲ ਹੋ ਚੁੱਕੀਆਂ ਸੀਗੀਆਂ ਜੀ। ਅੱਛਾ, ਸਾਰੀ ਬੁਕਿੰਗ ਹੈ ਜੀ ਕਪਲਸ ਦੀ। ਹਰ ਇੱਕ ਪ੍ਰੇਮੀ ਚਾਹੁੰਦਾ ਆਪਣੀ ਪ੍ਰੇਮਿਕਾ ਦੇ ਨਾਲ ਇੱਥੇ ਘੁੰਮਣਾ ਫਿਰਨਾ। ਪਾਣੀ, ਪਾਣੀ ਇੱਕ ਮੁੰਡਾ ਤਾਂ ਸ਼ਾਇਦ ਇਨਸਾਨ ਨੂੰ ਇੱਕ ਆਨੰਦ ਦਿੰਦਾ, ਬਿਲਕੁਲ ਜੀ। ਪਹਿਲਾਂ ਪਾਣੀ ਜੀਓ ਹੈ ਜਿੱਥ ਰਿਹਾ ਸਭ ਕੋਈ, ਇਹਦੇ 'ਚ ਪਾਣੀ ਦੇ ਨੇੜੇ ਆ ਕੇ ਤੁਹਾਡਾ ਮਨ ਵੈਸੇ ਹੀ ਸ਼ਾਂਤ ਅਤੇ ਪਿਆਰ ਦੇ ਮਾਹੌਲ 'ਚ ਆ ਜਾਂਦਾ। ਇਹੀ ਕਾਰਨ ਆ ਝਰਨਿਆਂ ਅਤੇ ਲੇਕਾਂ 'ਤੇ ਵੱਡੀਆਂ ਵੱਡੀਆਂ ਪਿਆਰ ਦੀਆਂ ਕਵਿਤਾਵਾਂ ਜਿਹੜੀਆਂ ਝਰਨਿਆਂ ਅਤੇ ਲੇਕਾਂ 'ਤੇ ਲਿਖੀਆਂ ਗਈਆਂ ਨੇ। ਕੁਦਰਤ ਦੇ ਵਿੱਚ ਆ ਕੇ ਜਦੋਂ ਤੁਸੀਂ ਕੁਦਰਤ ਰਾਣੀ ਦੇ ਆਨੰਦ ਜਾਂਦੇ ਹੋ ਤਾਂ ਉੱਥੇ ਤੁਹਾਡਾ ਆਪਣਾ ਰੋਮਾਂਟਿਕ ਹੋ ਹੀ ਜਾਂਦਾ, ਕਿਉਂਕਿ ਕੁਦਰਤ ਨੇ ਕਈ ਚੀਜ਼ਾਂ ਇਹੋ ਜਿਹੀਆਂ ਬਣਾਈਆਂ ਜਿਹੜੇ ਪੇਸਕ ਪੰਜ ਤੱਤ ਨੇ। ਹਾਂਜੀ, ਪਾਣੀ ਉਹਨਾਂ 'ਚੋਂ ਇੱਕ ਆ, ਅਗਨੀ ਪਾਣੀ ਧਰਤੀ ਆਕਾਸ਼ ਹੈ ਨਾ ਵਾਯੂ। ਸੋ ਇਹਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਇੱਥੇ ਆ ਕੇ। ਮੈਨੂੰ ਇਹ ਗੱਲ ਤਾਂ ਪੰਜਾਬ 'ਚ ਆ ਕੇ ਲੱਗੀ ਆ ਕਿ ਪਾਣੀ ਨੂੰ ਸਾਫ਼ ਰੱਖਣ ਲਈ ਕਿਤੇ ਵੀ ਮੈਂ ਹੈਰਾਨ ਹੋਇਆ, ਬੱਚਿਆਂ ਨੂੰ ਨਹੀਂ ਪਤਾ ਵੀ ਬਰੱਸ਼ ਕਰਨ ਵੇਲੇ ਟੂਟੀ ਬੰਦ ਕਰੀਦੀ ਆ। ਅਸੀਂ ਪਾਣੀ ਵੇਸਟ ਜਦੋਂ ਕਰਦੇ ਹਾਂ ਨਾ, ਉਹ ਐਂ ਸੋਚਦੇ ਅਸੀਂ ਤਾਂ ਖੱਤਿਆਂ 'ਚ ਇੰਨਾ ਵੇਸਟ ਕਰ ਦਿੰਦੇ ਹਾਂ, ਇਹ ਮੇਰੇ ਬਰੱਸ਼ ਕਰਨ ਵਾਲੇ ਪਾਣੀ ਨੇ ਕੀ ਹੋਣਾ, ਵਿਰਤੀ ਹੋਰ ਬਣ ਚੁੱਕੀ, ਵਿਰਤੀ ਹੋਰ। ਸਕੂਲਾਂ 'ਚ ਨਹੀਂ ਪੜ੍ਹਾਇਆ ਜਾਂਦਾ ਵੀ ਜਦੋਂ ਤੁਸੀਂ ਬਰੱਸ਼ ਕਰਦੇ ਹੋ ਇੱਕ ਵਾਰੀ ਤੁਸੀਂ ਬਰੱਸ਼ ਗਿੱਲਾ ਕਰ ਲਿਆ, ਉਹਨੂੰ ਪੇਸਟ ਲਾ ਲਈ, ਹੁਣ ਉਹ ਟੂਟੀ ਉਹ ਨਜ਼ਰ ਬੰਦ ਕਰ ਦਿਓ। ਜੀ, ਕਿਉਂਕਿ ਜੇ ਤੁਸੀਂ ਪਾਣੀ ਬਾਰੇ ਸੋਚੋਗੇ ਤਾਂ ਤੁਸੀਂ ਬਰੱਸ਼ ਤੇਜ਼ ਕਰੋਗੇ, ਫਿਰ ਛੇਤੀ ਫਾਹਾ ਵਢੋਗੇ। ਹਾਂਜੀ, ਉਹਨੂੰ ਬੰਦ ਕਰਕੇ ਤੁਸੀਂ ਪੂਰਾ ਟਾਈਮ ਲਓ ਸਫਾਈ ਕਰੋ ਹਾਈਜੈਨਿਕਲੀ, ਹੈ ਨਾ। ਪਰ ਕਈ ਚੀਜ਼ਾਂ ਨੇ ਜਿਹੜੀਆਂ ਐਜੂਕੇਸ਼ਨ ਦੀ ਘਾਟ ਕਰਕੇ ਇੱਥੇ ਵਾਪਰ ਰਹੀਆਂ ਨੇ। ਮੈਨੂੰ ਲੱਗਦਾ ਕੈਨੇਡਾ ਕੋਲ ਨਾ ਪੂਰੀ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਪੀਣ ਵਾਲਾ ਪਾਣੀ ਅਤੇ ਪਿਓਰ ਪਾਣੀ ਆ। ਹਾਂਜੀ, ਪਰ ਕੈਨੇਡਾ ਨੂੰ ਇਹ ਚੀਜ਼ ਦੀ ਸਮਝ ਆ ਚੁੱਕੀ ਆ ਵੀ ਇਹ ਜਿਹੜਾ ਪਾਣੀ ਆ, ਬਿਲਕੁਲ ਜੀ, ਉੱਥੇ ਸਕੂਲਾਂ 'ਚ ਪੜ੍ਹਾਇਆ ਜਾਂਦਾ ਵੀ ਜਦੋਂ ਬਰੱਸ਼ ਕਰਨਾ ਟੂਟੀ ਬੰਦ ਕਰੋ। ਲਿਖਿਆ ਇੱਥੇ ਵੀ ਜਾਂਦਾ, ਲਿਖਿਆ ਤਾਂ ਜਾਂਦਾ ਪਰ ਉਹਨੂੰ ਇੰਪਲੀਮੈਂਟ ਨਹੀਂ ਕੀਤਾ, ਇੰਪਲੀਮੈਂਟ ਨਹੀਂ ਕੀਤਾ ਜਾਂਦਾ, ਹੈ ਨਾ। ਅਤੇ ਦੂਸਰੀ ਗੱਲ ਵੀ ਅੱਜ ਦਾ ਜਿਹੜਾ ਦਿਨ ਆ ਇਹਦੇ 'ਤੇ ਭਾਵੇਂ ਕਿ ਅੱਜ ਆਪਾਂ ਸਵੇਰੇ ਅਨੰਦਪੁਰ ਸਾਹਿਬ ਸੀਗੇ, ਗੁਰੂ ਗੋਬਿੰਦ ਸਿੰਘ ਦਾ ਵਿਆਹ ਅੱਜ ਦੇ ਦਿਨ ਹੋਇਆ ਵੈਲੈਂਟਾਈਨ ਡੇ, ਹੈ ਨਾ, ਇਹ ਵੀ ਦੇਖੋ ਕਿੱਡੀ ਵਧੀਆ, ਹੈ ਨਾ। ਅਤੇ ਬਸੰਤ ਪੰਚਮੀ ਹੈ ਜੀ ਅੱਜ, ਹਾਂਜੀ, ਸਾਡੇ ਦਰਸ਼ਕਾਂ ਨੂੰ ਬਸੰਤ ਪੰਚਮੀ ਦੀਆਂ ਵੀ ਲੱਖ ਲੱਖ ਮੁਬਾਰਕਾਂ। ਪਤੰਗ ਚੜ ਰਹੇ ਆ ਜੀ ਚੰਡੀਗੜ੍ਹ 'ਚ ਬਹੁਤ, ਇੱਧਰ ਉੱਧਰ ਉੱਥੇ ਵੀ ਲੰਘੇ ਆਪਾਂ, ਪਤੰਗ ਕਾਫੀ ਦੇਖਣ ਮਿਲੇ ਆ, ਬਿਲਕੁਲ ਜੀ। ਅਤੇ ਇਹਦੇ ਨਾਲ ਸਿੱਖ ਇਤਿਹਾਸ ਦਾ ਪਲ ਵੀ ਸਮਰਾ ਜੀ ਨੇ ਦੱਸਿਆ ਜੀ ਕਿ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਹੋਇਆ ਸੀ, ਬਿਲਕੁਲ ਜੀ, ਵੈਲੈਂਟਾਈਨ ਡੇ ਵਾਲੇ ਦਿਨ। ਜਿਹੜੇ ਬਸੰਤ ਰਾਗ ਆ ਜੀ ਗੁਰੂ ਗ੍ਰੰਥ ਸਾਹਿਬ ਦੇ, ਜਿਹੜਾ ਬਸੰਤ ਰਾਗ ਆ ਦਰਬਾਰ ਸਾਹਿਬ ਅੱਜ ਤੋਂ ਮਤਲਬ ਇੱਕ ਸ਼ਬਦ ਸਾਰੇ ਰਾਗੀ ਉਦੋਂ ਦਾ ਮੋਸਟਲੀ ਹੁੰਦਾ ਵੀ ਬਸੰਤ ਰਾਗ 'ਚ ਕੀਰਤਨ ਕਰਦੇ ਇਸ ਮਹੀਨੇ। ਅਤੇ ਜਿਹੜੀ ਬਸੰਤ ਕੀ ਵਾਰ ਆ, ਹਰ ਕਾ ਨਾਮ ਧੈ ਕੇ ਹੋ ਹਰਿਆ ਭਾਈ, ਕਰਮ ਲਖਾਂ 'ਤੇ ਪਾਈਏ ਰੁੱਤ ਸਹਾਈ, ਉਹ ਸ਼ਬਦ ਸਾਰੇ ਰਾਗੀ ਸ਼ੁਰੂ ਅਤੇ ਫਿਨਿਸ਼ ਕਰਨ ਵੇਲੇ ਕੀਰਤਨ ਦਰਬਾਰ ਸਾਹਿਬ ਤੋਂ ਗਾਉਂਦੇ ਆ, ਵਾਰੀ ਵਾਰੀ ਗਾਇਆ ਜਾਂਦਾ ਇਸ ਮਹੀਨੇ ਦੇ ਵਿੱਚ। ਅਤੇ ਬਸੰਤ ਰਾਗ ਬੜਾ ਪਿਆਰਾ ਰਾਗ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਸੋ ਆਪਾਂ ਕਈ ਐਂਗਲ ਨੇ, ਦੂਜੀ ਗੱਲ ਹੈਗੀ ਆ ਵੀ ਇੱਥੇ ਬਹੁਤ ਕੁਛ ਬਦਲਿਆ, ਜਿਵੇਂ ਵੈਲੈਂਟਾਈਨ ਡੇ ਇਹ ਨਵਾਂ ਤਿਉਹਾਰ ਆ ਇੱਥੋਂ ਦਾ, ਹਾਂਜੀ,
ਜਦੋਂ ਅਸੀਂ ਕੈਨੇਡਾ ਗਏ ਸਾਨੂੰ ਉੱਥੇ ਨਹੀਂ ਸਿੱਧੀ ਸਮਝ ਆਉਂਦੀ ਹੁੰਦੀ ਜੇ ਕਾਹਦਾ ਦੇਣਾ ਹੈ ਨਾ, ਅਤੇ ਹੁਣ ਇੱਥੇ ਆ ਕੇ ਦੇਖਦੇ ਹਾਂ ਵੀ ਇੱਥੇ ਲੋਕਾਂ ਨੂੰ ਜ਼ਿਆਦਾ ਸਮਝ ਆ ਗਈ। ਵੈਸਟਰਨ ਕੰਟਰੀਜ਼ ਨੇ ਟੇਕ ਓਵਰ ਕਰ ਲਿਆ ਜੀ। ਹਾਂ ਮੇਨ ਤਾਂ ਗੱਲ ਇਹ ਸੀ ਜਿਹੜੇ ਨਾ ਕਹਿੰਦੇ ਆਪਾਂ ਕਹਿੰਦੇ ਕਮਰਸ਼ੀਅਲ ਯੁੱਗ ਕਹਿ ਲਓ ਇਹਨੂੰ, ਬਾਜ਼ਾਰ ਆ, ਹਾਂਜੀ ਬਾਜ਼ਾਰ ਦਾ ਯੁੱਗ ਆ, ਹਾਂਜੀ, ਅਤੇ ਉਹਨਾਂ ਨੇ ਆਪਣੇ ਪ੍ਰੋਡਕਟ ਵੇਚਣੇ ਆ ਨਵੇਂ ਨਵੇਂ। ਦੇਖੋ ਬੰਦੇ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨਾ, ਬਿਲਕੁਲ, ਹੁਣ ਅੱਜ ਦੇ ਦਿਨ ਤੇ ਕੋਈ ਹਰਟ ਵਰਗੀਆਂ ਚੀਜ਼ਾਂ ਬਣਾ ਕੇ ਹਨਾ ਇੱਕ ਦੂਜੇ ਨੂੰ ਦੇਣੀਆਂ, ਟੈਡੀ ਬੇਅਰ ਯੇ ਵੋ, ਆਪਾਂ ਦੇਖਿਆ ਬਾਹਰ ਕੀ ਕੁਛ ਆ, ਚੋਕਲੇਟ ਨੇ ਹਨਾ, ਤੇ ਹੱਗ ਡੇ ਤੇ ਫਲਾਂ ਡੇ ਹਨਾ, ਕਈ ਕੁਛ ਹੁੰਦਾ ਪਹਿਲਾਂ ਚੱਲਦੇ ਆ ਇਹ ਹਨਾ, ਜਿਵੇਂ ਹੁੰਦਾ ਪਹਿਲਾਂ ਛੋਟੇ ਪਟਾਕੇ ਤੇ ਅੰਡ ਤੇ ਜਾ ਕੇ ਵੱਡਾ ਪਟਾਕਾ ਚਲਾਉਣਾ ਹਨਾ, ਉਹ ਹਾਂ ਅਨਾਰ ਚਲਾਉਣਾ ਉਹ ਗੱਲ ਆ, ਤੇ ਮੁਬਾਰਕ ਜੀ ਸਾਰਿਆਂ ਨੂੰ। ਮੈਂ ਤਾਂ ਕਹਿੰਦਾ ਚੰਗਾ ਪਿਆਰ ਦੀ ਗੱਲ ਤਾਂ ਵਧੀਆ ਗੱਲ ਆ, ਬਿਲਕੁਲ, ਨਫ਼ਰਤ ਛੱਡੋ ਪਿਆਰ ਵਧਾਓ। ਜਿਹੜੀ ਚੀਜ਼ ਅਸੀਂ ਦਰਸ਼ਕਾਂ ਨੂੰ ਦੱਸਦੇ, ਜਿਹੜੀ ਚੀਜ਼ ਤੁਹਾਨੂੰ ਇੱਕ ਦੂਜੇ ਨਾਲ ਜੋੜਦੀ ਆ, ਅਸੀਂ ਉਹ ਹਰ ਤਿਉਹਾਰ ਦਾ, ਹਰ ਉਸ ਉਤਸਵ ਦਾ ਅਸੀਂ ਸਵਾਗਤ ਕਰਦੇ ਹਾਂ, ਫਿਰ ਉਹ ਭਾਵੇਂ ਸਿੱਖਾਂ 'ਚ ਆ, ਭਾਵੇਂ ਹਿੰਦੂਆਂ 'ਚ ਆ, ਭਾਵੇਂ ਮੁਸਲਮਾਨਾਂ 'ਚ ਅਤੇ ਭਾਵੇਂ ਉਹ ਵੈਸਟਰਨ ਕੰਟਰੀ ਦੇ ਵਿੱਚ ਆ। ਤੁਸੀਂ ਦੇਖੋ ਪਿਆਰ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ, ਪਿਆਰ ਮਾਂ ਪਿਓ ਨੂੰ ਵੀ ਕਰਦੇ ਹਾਂ, ਮਾਂ ਪਿਓ ਬੱਚਿਆਂ ਨੂੰ ਕਰਦੇ, ਬਿਲਕੁਲ ਜੀ, ਅਸੀਂ ਆਪਣੇ ਭੈਣ ਭਰਾਵਾਂ ਨੂੰ ਪਿਆਰ ਕਰਦੇ, ਬਿਲਕੁਲ ਜੀ, ਦੋਸਤਾਂ ਮਿੱਤਰਾਂ ਨੂੰ ਪਿਆਰ ਕਰਦੇ ਹਾਂ। ਅੰਮ੍ਰਿਤ ਮਾਨ ਨੇ ਗੀਤ ਗਾਇਆ ਆਪਣੀ ਮਾਂ ਵਾਸਤੇ, ਹਾਂਜੀ, ਤੁਸੀਂ ਮੇਰਾ ਵੈਲੈਂਟਾਈਨ, ਹਾਂ ਬਿਲਕੁਲ ਸਹੀ ਆ, ਕਿਉਂਕਿ ਉਹੀ ਆ ਨਾ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਉਹਨੂੰ ਤੁਸੀਂ ਅੱਜ ਦੇ ਦਿਨ ਯਾਦ ਕਰਦੇ ਹੋ, ਬਿਲਕੁਲ, ਹਨਾ, ਅਤੇ ਜਿਹਨਾਂ ਕੋਲ ਉਹ ਨਹੀਂ ਹੁੰਦਾ ਮਿਸ ਕਰਦੇ ਆ, ਬਿਲਕੁਲ ਜੀ, ਹਨਾ। ਸੋ ਪਿਆਰ ਨੂੰ ਸਿਰਫ ਇੱਕ ਐਂਗਲ ਤੋਂ ਹੀ ਨਹੀਂ ਦੇਖਣਾ ਚਾਹੀਦਾ, ਪਿਆਰ ਤਾਂ ਮਤਲਬ ਮੈਂ ਇਹੋ ਜਿਹੇ ਲੋਕੀ ਇੱਥੇ ਇੰਡੀਆ 'ਚ ਆ ਕੇ ਮਿਲੇ ਵੀ ਜਿਹੜੇ ਡੋਗ ਲਵਰ ਨੇ, ਹਾਂਜੀ, ਉਹ ਤਾਂ ਅੱਜ ਇੱਕ ਬੰਦਾ ਮਿਲਿਆ ਕਹਿੰਦੇ ਡੋਗੀ ਲਈ ਕੁਛ ਲੈ ਕੇ ਚੱਲਿਆ ਬਾਜ਼ਾਰ 'ਚੋਂ, ਹਾਂਜੀ, ਵੈਲੰਟਾਈਨ ਹੈ, ਹਨਾ, ਬਿਲਕੁਲ, ਮਤਲਬ ਤੁਸੀਂ ਦੇਖੋ ਵੀ ਕਿੰਨਾ ਪਿਆਰ ਆ ਲੋਕਾਂ ਦੇ ਵਿੱਚ, ਅਤੇ ਪਿਆਰ ਨੂੰ ਕਦੇ ਵੀ, ਪਿਆਰ ਦਾ ਉਲਟਾ ਸ਼ਬਦ ਆ ਜਿਹੜਾ ਉਹ ਨਫ਼ਰਤ ਆ, ਬਿਲਕੁਲ। ਸਮਰਾ ਸਾਹਿਬ ਇੱਕ ਗੱਲ ਹੋਰ ਦੱਸੋ, ਇੱਕ ਨਾ ਅੱਲੜ ਉਮਰ ਹੁੰਦੀ ਆ, ਹਾਂਜੀ, ਜਦੋਂ ਆਪਾਂ ਦੇਖਿਆ ਵੀ ਇੱਕ ਹਾਰਮੋਨਸ ਚੇਂਜ ਹੋਣ ਲੱਗਦੇ ਆ, ਫਿਰ ਚਾਹੇ ਮੁੰਡਾ ਚਾਹੇ ਕੁੜੀ ਆ, ਹਾਂਜੀ, ਉਹ ਕਹਿੰਦੇ ਵੀ 13-14 ਸਾਲ ਦੀ ਏਜ ਤੋਂ ਬਾਅਦ ਨਾ ਉਹਨਾਂ ਨੂੰ ਇੱਕ ਉਹ ਜਵਾਨੀ ਦੇ ਵਿੱਚ ਫੁੱਟਦੇ ਆ, ਬਿਲਕੁਲ ਜੀ, ਜਦੋਂ ਜਵਾਨੀ 'ਚ ਜਾਂਦੇ ਆ, ਜਦੋਂ ਪਹਿਲਾ ਪਿਆਰ ਹੁੰਦਾ ਉਹਨਾਂ ਨੂੰ, ਕਈ ਵਾਰੀ ਉਹ ਕਿਸੇ ਗਲਤ ਇਨਸਾਨ ਦੇ ਨਾਲ ਹੋ ਜਾਂਦਾ ਜਾਂ ਉਹ ਧੋਖਾ ਮਿਲ ਜਾਂਦਾ ਵਾ, ਫਿਰ ਉਹਨਾਂ ਦੀ ਵਿਰਤੀ ਇਹੀ ਹੁੰਦੀ ਆ ਵੀ ਯਾਰ ਮੈਂ ਤਾਂ ਇਹਨੂੰ ਇੰਨਾ ਪਿਆਰ ਕੀਤਾ, ਮੈਨੂੰ ਵਾਪਸ ਇੰਨਾ ਪਿਆਰ ਨਹੀਂ ਮਿਲਿਆ। ਜਦੋਂ ਦਿਲ ਟੁੱਟਦਾ ਫਿਰ ਲੋਕ ਖੁਦਕੁਸ਼ੀਆਂ ਵੱਲ ਸੋਚਦੇ ਆ ਜਾਂ ਇਹ ਸੋਚਦੇ ਆ, ਇਹਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਆਪਾਂ ਸਾਰੇ ਉਹੀ ਏਜ ਚੋਂ ਨਿਕਲੇ ਆ। ਦੇਖੋ ਪਿਆਰ ਇੱਕ ਤਾਂ ਕੋਈ ਗੇਨ ਕਰਨ ਦੀ ਚੀਜ਼ ਨਹੀਂ, ਠੀਕ ਹੈ ਜੀ, ਆਪਾਂ ਪਹਿਲਾਂ ਕਿ ਸੈਕਰੀਫਾਈਸ, ਲਵ ਮੀਨਸ ਸੈਕਰੀਫਾਈਸ, ਠੀਕ ਹੈ ਜੀ, ਹੈ ਨਾ। ਜੇ ਕੋਈ ਬੰਦਾ ਕਹਿੰਦਾ ਮੈਨੂੰ ਪਿਆਰ 'ਚ ਧੋਖਾ ਮਿਲ ਗਿਆ, ਹਾਂਜੀ, ਹੈ ਨਾ, ਫਿਰ ਜਾਂ ਤਾਂ ਉਹ ਪਿਆਰ ਨਹੀਂ ਸੀ, ਹਾਂਜੀ, ਜਾਂ ਉਹ ਵਨ ਸਾਈਡਡ ਪਿਆਰ ਸੀ, ਉਹਨੇ ਐਕਸਪੈਕਟ ਹੀ ਬੜਾ ਕੁਛ ਕਰ ਲਿਆ, ਉਹਨੇ ਐਕਸਪੈਕਟ ਜ਼ਿਆਦਾ ਕਰ ਲਿਆ, ਜਾਂ ਹੈਗਾ ਵੀ ਇੱਕ ਬੰਦਾ ਪਿਆਰ ਕਰਦਾ ਸੀ, ਦੂਜਾ ਬੰਦਾ ਉਵੇਂ ਨਹੀਂ ਸੋਚਦਾ, ਉਹਨੂੰ ਯੂਜ਼ ਕਰਨਾ ਚਾਹੁੰਦਾ ਸੀ, ਹਾਂਜੀ, ਹੈ ਨਾ, ਉਹਨੂੰ ਯੂਜ਼ ਕਰਦਾ ਸੀ, ਇੱਕ ਦਿਲੋਂ ਪਿਆਰ ਕਰਦਾ ਸੀ, ਹਾਂਜੀ, ਇਸ ਲਈ ਆਪਾਂ ਕਿਸੇ ਦਿਲ 'ਚ ਵੜ ਕੇ ਤਾਂ ਦੇਖ ਨਹੀਂ ਸਕਦੇ, ਹੈ ਨਾ, ਕਿਸੇ ਦਾ ਦਿਲ ਤੋੜਨਾ, ਜਿਵੇਂ ਆਪਾਂ ਕਹਿੰਦੇ ਹਾਂ ਵੀ ਮੰਦਰ ਢਾਹ ਦੇ, ਮਸੀਤਾਂ ਢਾਹ ਦੇ, ਜੋ ਕੁਛ ਢਹਿ ਦਾ, ਦਿਲ ਨਾ ਕਿਸੇ ਦਾ ਢਾਈ ਬੰਦੇ ਆ, ਰੱਬ ਸਭ ਦੇ ਦਿਲਾਂ ਵਿੱਚ ਰਹਿੰਦਾ, ਜੇ ਕੋਈ ਕਿਸੇ ਨੂੰ ਧੋਖਾ ਵੀ ਦਿੰਦਾ ਉਹ ਕਦੇ ਖੁਸ਼ ਨਹੀਂ ਰਹੂਗਾ, ਜਿਹੜਾ ਪਿਆਰ ਚ ਧੋਖਾ ਦਿੰਦਾ, ਕਿਉਂ ਇੱਕ ਪਾਸੇ ਓਨੈਸਟੀ ਆ, ਹਾਂਜੀ, ਸੈਕਰੀਫਾਈਸ ਆ, ਹਾਂਜੀ, ਦੂਜੇ ਪਾਸੇ ਤੁਸੀਂ ਥੋੜੀ ਸੋਚ ਆ ਜਿਹੜੀ ਉਹ ਮਾੜੀ ਆ, ਹਾਂਜੀ, ਤੁਸੀਂ ਝੂਠ ਨਾਲ, ਫਰੇਬ ਨਾਲ, ਠੱਗੀ ਨਾਲ, ਹਨਾ, ਉਹਦੇ ਪਿਆਰ ਨੂੰ ਕੈਸ਼ ਕਰਨਾ ਚਾਹੁੰਦੇ ਹੋ। ਪਰ ਗੱਲ ਇਹ ਆ ਸਮਰਾ ਸਾਹਿਬ, ਉਸ ਏਜ ਦੇ ਵਿੱਚ ਇੰਨੀ ਸਮਝ ਹੀ ਨਹੀਂ ਹੁੰਦੀ, ਉਹ ਕਹਿੰਦੇ ਪਾਣੀ ਨਵਾਨ ਵੱਲ ਨੂੰ ਜਾਂਦਾ। ਬਿਲਕੁਲ ਸਹੀ ਹੈ ਜੀ, ਸਮਝ ਇਹੀ ਆ ਜੀ ਵੀ ਸਾਨੂੰ ਨਾ ਆਪਣੀ ਉਮਰ ਤੋਂ ਸਿਆਣੇ ਹੋਣਾ ਚਾਹੀਦਾ। ਤੇ ਮਾਂ ਬਾਪ ਦਾ ਕੀ ਰੋਲ ਆ? ਜੇ ਮੰਨ ਲਓ ਤੁਸੀਂ ਆਪਾਂ ਆਪਣੀ ਇੱਕ ਯੰਗ ਕੁੜੀ ਆ, ਠੀਕ ਹੈ ਜੀ, ਆਪਾਂ ਉਹਦੇ ਨਾਲ ਇਹ ਗੱਲਾਂ ਸ਼ੇਅਰ ਨਹੀਂ ਕਰਦੇ ਅਕਸਰ ਹੀ, ਪਿਓ ਹੈ ਨਾ ਆਪਦੀ ਧੀ ਦਾ ਫਾਦਰ, ਹਾਂ ਬਿਲਕੁਲ ਫਾਦਰ, ਉਹ ਆਪਦੀ ਧੀ ਨੂੰ ਪੁੱਛਣ ਤੋਂ ਡਰਦਾ ਵਾ ਵੀ ਬਈ ਤੈਨੂੰ ਕੋਈ ਮੁੰਡਾ ਪਸੰਦ ਆ ਜਾਂ ਤੂੰ ਕਿਸੇ ਨੂੰ ਪਿਆਰ ਕਰਦੀ ਆ, ਵੀ ਮਤਲਬ ਉਹ ਇੱਕ ਪਿਓ ਦਾ ਇੱਕ ਡਰ ਕਹਿ ਲਓ ਜਾਂ ਉਹ ਇੱਕ ਇੱਜ਼ਤ ਕਹਿ ਲਓ, ਸਮਾਜ ਨੂੰ ਇਸ ਚੀਜ਼ ਦੇ ਨਾਲ ਜੋੜ ਕੇ ਦੇਖਿਆ ਜਾਂਦਾ, ਤੇ ਉਸ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਉਹ ਕੁੜੀ ਜਦੋਂ ਗਲਤ ਰਾਹ ਦੇ ਉੱਤੇ ਪੈ ਜਾਂਦੀ ਆ ਤੇ ਗਲਤ ਸਟੈਪ ਚੱਕ ਲੈਂਦੀ ਆ, ਤੇ ਉਸ ਤੋਂ ਬਾਅਦ ਫਿਰ ਪਿਤਾ ਨੂੰ ਇੱਕ ਅਹਿਸਾਸ ਹੁੰਦਾ ਵਾ ਬਈ ਯਾਰ ਵੀ ਕਿਤੇ ਨਾ ਕਿਤੇ ਮੇਰੀ ਪਰਵਰਿਸ਼ ਕੋਈ ਪ੍ਰੋਬਲਮ ਆ ਕਮੀ ਰਹੀ ਆ, ਹਾਂਜੀ, ਉਹਨੂੰ ਕਿਵੇਂ ਦੇਖ? ਉਹ ਉਸ ਵੱਖਰੇ ਵੱਖਰੇ ਸਮਾਜਾਂ 'ਚ ਵੱਖਰਾ ਵੱਖਰਾ ਜੀ, ਸਾਡੇ ਸਮਾਜ 'ਚ ਅਸੀਂ ਇਸ ਚੀਜ਼ ਨੂੰ ਨਾ ਕਾਫੀ ਟਕਿਆ ਹੋਇਆ, ਕਿਉਂਕਿ ਸਾਡੇ ਵੱਡੇ ਵਡੇਰੇ ਕਹਿੰਦੇ ਸੀ ਵੀ ਟਕੀ ਹੋਈ ਚੀਜ਼ ਦੀ ਜ਼ਿਆਦਾ ਉਤਸੁਕਤਾ ਹੁੰਦੀ ਆ ਨੰਗੀ ਚੀਜ਼ ਨਾਲੋਂ,
ਬਿਲਕੁਲ ਵੀ ਕੋਈ ਵੀ ਚੀਜ਼ ਕੋਈ ਗੱਡੀ ਖੜੀ ਹੋਵੇ ਚਾਹੇ ਖਟਾਰਾ ਹੋਵੇ ਵਿੱਚ ਜੇ ਉੱਤੇ ਕੱਪੜਾ ਪਾ ਕੇ ਖੜਾ ਦੋ ਹਾਂਜੀ ਥੋੜੀ ਉਤਸੁਕਤਾ ਹੋਵੇ ਕੀ ਆ ਯਾਰ ਇਹਦੇ ਵਿੱਚ ਕੀ ਆ ਬਿਲਕੁਲ ਕੰਪਨੀ ਵਾਲੇ ਜਿਸ ਨਵੀਂ ਗੱਡੀ ਵੇਚਦੇ ਉੱਤੇ ਲਾਲ ਰੰਗ ਦੀ ਚਾਦਰ ਜੀ ਪਾ ਕੇ ਹਾਂਜੀ ਤੁਹਾਡੇ ਸਾਹਮਣੇ ਚੱਕ ਰਿਹਾ ਉਹਨੂੰ ਹਨਾ ਹਾਂਜੀ ਤਾਂ ਤੁਹਾਡੇ ਲਈ ਐਕਸਾਈਟਡ ਹੁੰਦੀਆਂ ਚੀਜ਼ਾਂ ਅੱਜ ਦਾ ਜਿਹੜਾ ਸਮਾਜ ਆ ਉਹ ਚੇਂਜ ਹੋ ਗਿਆ ਬਦਲ ਗਿਆ ਬਿਲਕੁਲ ਜਿਹੜਾ ਵੈਸਟਰਨ ਸਮਾਜ ਕਹਿ ਲਓ ਹਨਾ ਹਾਂਜੀ ਉਹਦੇ ਵਿੱਚ ਬਹੁਤ ਘੱਟ ਆ ਵੀ ਜ਼ਿਆਦਾਤਰ ਕੁੜੀਆਂ ਇਹ ਨਹੀਂ ਕਹਿੰਦੀਆਂ ਵੀ ਉਹਨੇ ਮੈਨੂੰ ਯੂਜ਼ ਕੀਤਾ ਹਾਂਜੀ ਉਹ ਕਹਿੰਦੇ ਵੀ ਅਸੀਂ ਦੋ ਹੀ ਜਣੇ ਇੰਜੋਏ ਕਰ ਰਹੇ ਸੀ ਹਾਂਜੀ ਇੱਕ ਪੁਆਇੰਟ ਤੇ ਆ ਕੇ ਬ੍ਰੇਕਅਪ ਹੋ ਗਿਆ ਬ੍ਰੇਕਅਪ ਹੋ ਗਿਆ ਹਾਂਜੀ ਕਿਸੇ ਨੇ ਯੂਜ਼ ਨਹੀਂ ਕੀਤਾ ਬਿਲਕੁਲ ਉਹਨਾਂ ਦੀ ਇਹ ਸੋਚ ਆ ਕਿਉਂਕਿ ਉਹਨਾਂ ਨੂੰ ਸਿਖਾਇਆ ਹੀ ਜਾਂਦਾ ਸਿਖਾਇਆ ਹੀ ਜਾਂਦਾ ਵੀ ਕੋਈ ਨਹੀਂ ਪੁੱਤ ਜੇ ਤੇਰੀ ਲਾਈਫ ਦੇ ਵਿੱਚ ਕੋਈ ਆਉਂਦਾ ਨਹੀਂ ਤੈਨੂੰ ਲੱਗਦਾ ਵੀ ਲੌਂਗ ਟਾਈਮ ਨਹੀਂ ਚੱਲਣ ਵਾਲਾ ਬਸ ਚੁੱਕੇ ਮੂਵ ਔਨ ਮੂਵ ਔਨ ਉਹ ਕਹਿੰਦੇ ਵੀ ਤੁਰੇ ਚੱਲੋ ਹਾਂ ਰਾਹ ਦੇ ਵਿੱਚ ਇਹੋ ਜਿਹੀਆਂ ਦਿੱਕਤਾਂ ਆਉਣਗੀਆਂ ਸਾਡੇ ਕੀ ਆ ਵੀ ਅਸੀਂ ਸਟੱਕ ਆ ਅਸੀਂ ਜਦੋਂ ਦਿਲੋਂ ਕਰਦੇ ਹਾਂ ਕੋਈ ਚੀਜ਼ ਮਤਲਬ ਡੂੰਘੇ ਦਿਲ ਦੇ ਵਿੱਚੋਂ ਸਾਡੀ ਜਜ਼ਬਾਤ ਹੁੰਦੇ ਆ ਅਸੀਂ ਉਹਨਾਂ ਨੇ ਇੰਨਾ ਬਹਿ ਜਾਂਦੇ ਹਾਂ ਕਿ ਸਾਨੂੰ ਲੱਗਦਾ ਹੁੰਦਾ ਮੇਰੀ ਜ਼ਿੰਦਗੀ ਮੌਤ ਇਹਦੇ ਵਿੱਚ ਹੀ ਸੀਗੀ ਬਿਲਕੁਲ ਜੇ ਰੱਬ ਇੱਕ ਦਰਵਾਜ਼ਾ ਬੰਦ ਕਰਦਾ ਹੋਰ ਬਸੇਰੇ ਖੋਲ ਦਿੰਦਾ ਬਿਲਕੁਲ ਮੈਨੂੰ ਸਮਰਾ ਸਾਹਿਬ ਮੈਂ ਹੋਰ ਦ੍ਰਿਸ਼ਟੀਕੋਣ ਨਾਲ ਇਹ ਚੀਜ਼ ਨੂੰ ਦੇਖਦਾ ਮੈਨੂੰ ਲੱਗਦਾ ਨਾ ਬਈ ਜਿਵੇਂ ਆਪਣਾ ਜਿਹੜਾ ਸਮਾਜ ਸੀਗਾ ਜਾਂ ਜਿਵੇਂ ਆਪਣਾ ਵਤੀਰਾ ਸੀ ਰਹਿਣ ਸਹਿਣ ਸੀਗਾ ਜਿਵੇਂ ਆਪਾਂ ਨੂੰ ਬਜ਼ੁਰਗਾਂ ਨੇ ਅੱਗੇ ਅੱਗੇ ਸਿਖਾਇਆ ਹੈ ਨਾ ਉਹਦੇ ਵਿੱਚ ਕਿਤੇ ਨਾ ਕਿਤੇ ਆਪਾਂ ਵੈਸਟਰਨ ਕਲਚਰ ਪਾਤਾ ਹੁਣ ਨਾ ਤਾਂ ਆਪਾਂ ਜੋ ਆਪਾਂ ਨੂੰ ਸਿਖਾਇਆ ਉਹ ਸਿੱਖਿਆ ਦੇ ਖੜੇ ਆ ਤੇ ਨਾ ਆਪਾਂ ਪ੍ਰੋਪਰ ਵੈਸਟਰਨ ਕਲਚਰ ਅਡਾਪਟ ਕਰ ਸਕਦੇ ਕਰ ਨਹੀਂ ਸਕਦੇ ਜੀ ਉਹ ਤਾਂ ਕਦੇ ਨਹੀਂ ਕਰ ਸਕਦੇ ਪ੍ਰੋਪਰ ਹੈ ਨਾ ਫਿਰ ਗੱਲ ਇਹ ਅਸੀਂ ਆਪਦੇ ਵਾਲਾ ਵੀ ਗਵਾ ਲਿਆ ਆਪਦੇ ਵਾਲਾ ਵੀ ਗਵਾ ਲਿਆ ਹੈ ਨਾ ਹੁਣ ਅਸੀਂ ਵਿੱਚ ਵਿਚਾਲੇ ਆ ਦੋ ਕਿਸ਼ਤੀਆਂ ਦੇ ਸਵਾਰ ਹਮੇਸ਼ਾ ਡੁੱਬਦੇ ਹੁੰਦੇ ਆ ਜੇ ਸਾਨੂੰ ਇੰਨੀ ਕੁ ਸੁਝੀ ਹੋਵੇ ਵੀ ਆਹ ਸਾਡਾ ਸਿਸਟਮ ਆ ਹਾਂਜੀ ਹੁਣ ਦੇਖੋ ਇੱਕ ਇੱਕ ਸਮਾਂ ਸੀਗਾ ਵੀ ਅਰੇਂਜਡ ਮੈਰਿਜਸ ਹੁੰਦੀਆਂ ਸੀ ਬਿਲਕੁਲ ਜੀ ਕਦੇ ਕੁੜੀ ਦੇਖੀ ਨਹੀਂ ਜਾਂਦੀ ਹਾਂ ਕੁਛ ਨਹੀਂ ਸੀਗਾ ਉਹਦੇ 'ਚ ਕੀ ਸੀ ਕਿ ਦੋਨੋਂ ਮਾਂ ਪਿਓ ਕੁੜੀ ਦੇ ਅਤੇ ਮੁੰਡੇ ਦੇ ਉਹ ਆਪਣੇ ਐਕਸਪੀਰੀਅੰਸ ਤੋਂ ਡਿਸੀਜਨ ਬਣਾਉਂਦੇ ਸੀ ਬਿਲਕੁਲ ਉਹ ਕਹਿੰਦੇ ਸੀ ਵੀ ਆਹ ਲੜਕਾ ਅਤੇ ਆਹ ਲੜਕੀ ਇਹਨਾਂ ਦੀ ਨਿਭ ਜੂਗੀ ਜ਼ਿੰਦਗੀ ਬਾਰੇ ਇਹਨਾਂ ਦੀ ਐਜੂਕੇਸ਼ਨ ਲੈਵਲ ਅਤੇ ਘਰਾਂ ਦਾ ਵੀ ਜਿਹੜਾ ਇੱਕ ਲੈਵਲ ਹੁੰਦਾ ਹਾਂਜੀ ਉਹ ਬਰਾਬਰ ਕਰਕੇ ਉਹ ਬਰਾਬਰ ਆ ਵੀ ਉਹ ਆਪਣੇ ਜਿੰਨੇ ਕਈ ਇਕਨੋਮਿਕਲੀ ਸਟਰੋਂਗ ਨੇ ਆਪਣੇ ਜਿੰਨੇ ਪੋਲੀਟੀਕਲ ਸਟਰੋਂਗ ਨੇ ਆਪਾਂ ਤੋਂ ਥੱਲੇ ਨੇ ਕਿ ਉੱਤੇ ਨੇ ਉਹ ਨਾਪਤੋਲ ਕਰਦੇ ਬਿਲਕੁਲ ਜੀ ਹੁਣ ਹੁਣ ਕੀ ਹੋ ਗਿਆ ਵੀ ਹਮ ਦਿਲ ਦਿਲ ਦੇ ਚੁੱਕੇ ਸਨ ਬਿਲਕੁਲ ਇਹ ਨਹੀਂ ਦੇਖਿਆ ਵੀ ਇਹ ਤਾਂ ਕੌਣ ਸੀਗਾ ਬਿਲਕੁਲ ਨਾ ਆਪਾਂ ਪਿਛੋਕੜ ਦੇਖਿਆ ਨਾ ਇਹ ਦੇਖਿਆ ਵੀ ਕੀ ਆਪਣੀ ਨਿਭੂਗੀ ਪੇਰੈਂਟਸ ਦੀ ਨਿਭੂਗੀ ਮੇਰੇ ਹਿਸਾਬ ਨਾਲ ਵਿਆਹ ਤਾਂ ਇੱਕ ਸੁਮੇਲ ਸੀਗਾ ਪਰਿਵਾਰਾਂ ਦਾ ਬਿਲਕੁਲ ਪਰਿਵਾਰਾਂ ਨੇ ਆਪਸ ਵਿੱਚ ਵਰਤਣੀ ਸੀ ਬਿਲਕੁਲ ਜੇ ਕੱਲ ਨੂੰ ਇੱਕ ਇੱਕ ਪਰਿਵਾਰ ਦੇ ਉੱਤੇ ਕੋਈ ਪੀੜ ਆ ਜਾਂਦੀ ਹੈ ਜਾਂ ਉਸ ਪਰਿਵਾਰ ਨੂੰ ਲੋੜ ਪੈਂਦੀ ਹੈ ਤਾਂ ਦੂਜਾ ਪਰਿਵਾਰ ਬਾਹ ਮੰਨ ਕੇ ਖੜਾ ਸੀਗਾ ਬਿਲਕੁਲ ਹੈ ਨਾ ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੇ ਵਿਆਹ ਦੀ ਤੁਸੀਂ ਦੱਸੋ ਵੀ ਪਹਿਲੀ ਵਾਰੀ ਕਿ ਤੁਸੀਂ ਦੇਖਣ ਗਏ ਸੀ ਜਾਂ ਕੀ ਤੁਹਾਡੇ ਬਾਪੂ ਦੀ ਜਾਂ ਬੇਬੇ ਦੀ ਕੀ ਸੋਚ ਸੀਗੀ ਮੇਰੀ ਜ਼ਿੰਦਗੀ ਦਾ ਐਕਸਪੀਰੀਅੰਸ ਤੋਂ ਜ਼ਿਆਦਾ ਸਿੱਖਣਾ ਚਾਹੁੰਦੇ ਹੋ ਨਹੀਂ ਫਿਰ ਮੈਂ ਆਪਣਾ ਸਾਂਝਾ ਕਰੂੰਗਾ ਠੀਕ ਹੈ ਫਿਰ ਆਪਾਂ ਦਰਸ਼ਕਾਂ ਨੂੰ ਦੱਸਾਂਗੇ ਵੀ ਹੁਣ ਤੁਸੀਂ ਦੇਖੋ ਬਈ ਸਾਡਾ ਜਿਹੜਾ ਬਈ ਕਿਉਂਕਿ ਆਪਣਾ ਇੱਕ ਗੈਪ ਆ ਠੀਕ ਹੈ ਜੀ ਤੁਸੀਂ ਇੱਕ ਪਹਿਲਾਂ ਵਿਆਹ ਕਰਾਇਆ ਫਿਰ ਮੇਰੀ ਜਨਰੇਸ਼ਨ ਆਈ ਹੁਣ ਸਾਡੇ ਵਾਲੀ ਜਨਰੇਸ਼ਨ ਉਹ ਟੈਲੀਫੋਨਾਂ ਦੇ ਉੱਤੇ ਆ ਮੋਬਾਈਲਾਂ ਦੇ ਉੱਤੇ ਦੇਖਦੀ ਆ ਸੋ ਆਪਣੇ ਆਪ ਨੂੰ ਉਹ ਫਿਰ ਪਤਾ ਕੀ ਹੈ ਜੀ ਉਹ ਯੁੱਗ ਹੋਰ ਸੀਗਾ ਮੈਂ ਦੇਖਦਾ ਬਈ ਮੈਂ ਐਮ ਏ ਕਰਨ ਤੋਂ ਬਾਅਦ ਪੜ੍ਹਾਉਂਦਾ ਸੀ ਸਕੂਲ ਦੇ ਵਿੱਚ ਠੀਕ ਹੈ ਜੀ ਅਤੇ ਮੈਂ ਹਰ ਸਕੂਟਰ 'ਤੇ ਸਕੂਲ ਜਾਂਦਾ ਸੀ ਅਤੇ ਸਕੂਲ ਦੇ ਸਾਹਮਣੇ ਇੱਕ ਮਾਤਾ ਜੀ ਸੀਗੇ ਹਾਂਜੀ ਬੜੇ ਗੁਰਮੁਖ ਉਹਨਾਂ ਦੇ ਗਾਤਰਾ ਉੱਤੋਂ ਦੀ ਪਏ ਹੁੰਦਾ ਸੀ ਕੇਸ ਕੀ ਸਜਾਈ ਹੁੰਦੀ ਸੀ ਸੋ ਜਦੋਂ ਉਹ ਮੈਨੂੰ ਮਿਲਣੇ ਉਹ ਆਪਦੇ ਬੱਚਿਆਂ ਨੂੰ ਛੱਡਣ ਸਕੂਲ ਆਉਂਦੇ ਸੀ ਸਾਹਮਣੇ ਦੁਕਾਨ ਸੀ ਉਹਨਾਂ ਦੀ ਟੇਲਰਿੰਗ ਦਾ ਕੰਮ ਸੀਗਾ ਬੁਟੀਕ ਦਾ ਅੱਜ ਦੇ ਸ਼ਬਦਾਂ 'ਚ ਬੁਟੀਕ ਕਹਿੰਦੇ ਆਪਾਂ ਹੈ ਨਾ ਮਤਲਬ ਇਹੀ ਬਦਲ ਗਿਆ ਪਹਿਲਾਂ ਦੇਖੋ ਤੁਸੀਂ ਟੇਲਰ ਤੋਂ ਬੁਟੀਕ ਤੱਕ ਦਾ ਸਫ਼ਰ ਇਹ ਵੀ ਇੱਕ ਮਤਲਬ ਹਾਂ ਤਾਂ ਮੈਂ ਉਹਨੂੰ ਦਰਜੀ ਵੀ ਖਾਸ ਕਰਕੇ ਬੰਦੇ ਹੁੰਦੇ ਸੀ ਕਿ ਨਹੀਂ ਮੈਂ ਬੁੜੀਆਂ ਵੀ ਸੀਗੀਆਂ ਪਹਿਲਾਂ ਬਹੁਤ ਘੱਟ ਹਾਂਜੀ ਹਾਂ ਤਾਂ ਉੱਥੇ ਮੈਂ ਉਹਨਾਂ ਨੂੰ ਹਰ ਰੋਜ਼ ਜਦੋਂ ਜਾਣਾ ਨਾ ਸਤਿ ਸ਼੍ਰੀ ਅਕਾਲ ਫਤਿਹ ਬੁਲਾਉਣੀ ਅੱਛਾ ਜੀ ਇੰਨੀ ਸਾਂਝ ਸੀਗੀ ਸਾਡੀ ਹੈ ਨਾ ਠੀਕ ਹੈ ਜੀ ਅਤੇ ਦੇਖੋ ਜਿਹੜੀਆਂ ਤੁਹਾਨੂੰ ਗੁਰੂ ਨੇ ਚੀਜ਼ਾਂ ਦਿੱਤੀਆਂ ਨੇ ਉਹ ਕਮਾਲ ਦੀਆਂ ਨੇ ਤੁਹਾਡਾ ਕਿਸੇ ਨੂੰ ਵਿਸ਼ ਕਰਨਾ ਕਈ ਵਾਰੀ ਤੁਹਾਡੀ ਜ਼ਿੰਦਗੀ 'ਚ ਵੱਡੇ ਡਿਸੀਜਨ ਬਣਾਉਂਦਾ ਉਹ ਸਤਿ ਸ਼੍ਰੀ ਅਕਾਲ ਬੁਲਾਉਂਦਾ ਸੀ ਮੈਂ ਡੇਲੀ ਤਾਂ ਜਿਹੜੇ ਮੇਰੇ ਐਨਲਾਜ ਸੀ ਉਹ ਤੋਂ ਕੱਪੜੇ ਸਵਾਉਂਦੇ ਸੀ ਅੱਛਾ ਜੀ ਉਹ ਕਨੇਡਾ ਤੋਂ ਗਏ ਹੋਏ ਸੀ ਅੱਛਾ ਜੀ ਹੈ ਨਾ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਅਸੀਂ ਮੁੰਡਾ ਲੱਭ ਰਹੇ ਆਪਣੀ ਬੇਟੀ ਲਈ ਹੈ ਨਾ ਠੀਕ ਹੈ ਜੀ ਤੂੰ ਕਹਿੰਦੀ ਮੁੰਡਾ ਤਾਂ ਕਮਾਲ ਦਾ ਇੱਥੇ ਮੈਂ ਤੁਹਾਨੂੰ ਬਣਾਉਣੀ ਆ ਹੁਣੇ ਹੈ ਨਾ ਅਤੇ ਉਹ ਕਹਿੰਦੇ ਜੀ ਬਣਾਓ ਮੇਰੇ ਫਾਦਰ ਇਨ ਲਾ ਆਰਮੀ ਅਫਸਰ ਅਸੀਂ ਉਹ ਵੀ ਵਨ ਵੇ ਸੀਗੇ ਅੱਛਾ ਜੋ ਮੇਰਾ ਡਿਸੀਜਨ ਆ ਬਸ ਹੈ ਨਾ ਠੀਕ ਹੈ
ਤੇ ਉੱਥੋਂ ਹੀ ਉਹਨੇ ਮੈਨੂੰ ਕਲਾਸ 'ਚੋਂ ਬੁਲਾਇਆ। ਅੱਛਾ ਜੀ। ਅਤੇ ਬੈਠ ਕੇ ਗੱਲ ਕਰਾਈ। ਮੈਂ ਕਿਹਾ ਜੀ ਮੈਂ ਤਾਂ ਕਦੇ ਸੋਚਿਆ ਨਹੀਂ ਸੀ ਬਾਹਰ ਜਾਣ ਬਾਰੇ, ਹੈ ਨਾ। ਹਾਂਜੀ। ਉਹ ਕਹਿੰਦੇ ਕੋਈ ਨਹੀਂ ਤੁਸੀਂ ਵਿਚਾਰ ਕਰ ਲਓ। ਚਲੋ ਵਿਚਾਰ ਕੇ ਮੈਂ ਉਹਨਾਂ ਨੂੰ ਦੱਸਿਆ ਠੀਕ ਆ। ਮੈਂ ਕਿਹਾ ਸਾਡੇ ਪਿਤਾ ਜੀ ਉਹਨਾਂ ਨੂੰ ਮਿਲ ਲਓ। ਹੁਣ ਵੀ ਡੈਡੀ ਉਹ ਮਤਲਬ ਇੰਨੀ ਕੁ ਖੁੱਲ੍ਹੀ ਨੇਚਰ ਦੇ ਆ, ਉਸ ਸਮੇਂ ਦੇ ਵੈਲ ਐਜੂਕੇਟਡ ਪਰਸਨ। ਉਹ ਕਹਿੰਦੇ ਵੀ ਇਹ ਤਾਂ ਮੁੰਡੇ ਕੁੜੀ ਨੇ ਦੇਖਣਾ ਹੁੰਦਾ ਵਿਆਹ ਦਾ, ਤਾਂ ਅਸੀਂ ਤਾਂ ਜੈਸੇ ਕਰਨੀ ਹੁੰਦੀ ਆ, ਹੈ ਨਾ। ਤੁਸੀਂ ਮੁੰਡਾ ਦੇਖ ਲਿਆ ਅਤੇ ਮੁੰਡੇ ਨੂੰ ਕੁੜੀ ਦਿਖਾ ਦਿਓ। ਅਤੇ ਜੇ ਉਸ ਵੇਲੇ 'ਚ ਤੁਹਾਡੇ ਫਾਦਰ ਸਾਹਿਬ ਦੀ ਵਿਰਤੀ ਇਹ ਸੀ ਕਿ ਜੇ ਮੁੰਡੇ ਨੂੰ ਕੁੜੀ ਪਸੰਦ ਆ ਤਾਂ ਸਾਨੂੰ ਕੋਈ ਇਤਰਾਜ਼? ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ, ਠੀਕ ਹੈ ਨਾ। ਉਹਨਾਂ ਨੇ ਉੱਥੇ ਗਏ ਤਾਂ ਗੱਲ ਕੀਤੀ, ਅਸੀਂ ਘਰੇ ਆਏ ਜਿਸ ਦਿਨ ਨਾ ਸੀਗਾ ਵੀ ਆਓ ਵੀ ਅੱਜ ਬੈਠੀਏ ਮਿਲੀਏ ਅਤੇ ਕੋਈ ਸ਼ੁਰੂਆਤੀ ਕਰੀਏ ਸਿਸਟਮ ਦੀ, ਤਾਂ ਸਾਡੇ ਘਰੇ ਡਿਸਕਸ਼ਨ ਚੱਲੀ। ਮੈਨੂੰ ਡੈਡੀ ਕਹਿੰਦੇ ਵੀ ਮੈਂ ਨਾ ਜੇ ਮੈਂ ਗਿਆ ਨਾਲ ਤੁਹਾਡੇ, ਹਾਂਜੀ, ਮੈਂ ਸ਼ਗਨ ਪਾ ਕੇ ਆਊਂਗਾ। ਅੱਛਾ ਜੀ। ਹੁਣ ਕੁੜੀ ਨੂੰ ਤਾਂ ਮੈਂ ਵੀ ਨਹੀਂ ਦੇਖਿਆ ਸੀ, ਠੀਕ ਹੈ ਜੀ, ਹੈ ਨਾ। ਮੈਂ ਥੋੜ੍ਹਾ ਜਿਹਾ ਉਦੋਂ ਅਗਲੇ ਮੰਨਣ ਵਾਲਾ ਸੀ। ਹਾਂਜੀ। ਮੈਂ ਕਿਹਾ ਵੀ ਇੱਕ ਟੀਚਰ ਪੜ੍ਹੇ ਲਿਖੇ, ਹਾਂ, ਉੱਥੋਂ ਦੀ ਡੈਡੀ ਪੜ੍ਹੇ ਲਿਖੇ, ਉਹ ਐਡਵਾਂਸ ਸੋਚ ਹੋ ਗਈ। ਮੈਂ ਕਿਹਾ ਵੀ ਇੱਦਾਂ ਨਹੀਂ ਡੈਡੀ, ਵੀ ਜੇ ਮੈਨੂੰ ਪਸੰਦ ਹੋਊਗੀ ਫਿਰ ਆਪਾਂ ਸ਼ਗਨ ਪਾਵਾਂਗੇ, ਨਾ ਹੋਊ ਆਪਾਂ ਕਵਾਂਗੇ ਸੋਰੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ। ਉਹ ਕਹਿੰਦੇ ਵੀ ਨਾ, ਤੂੰ ਨਾ ਕੋਈ ਹੋਰ ਤਰੀਕਾ ਲੱਭ ਇਹਨੂੰ ਡਿਲੇ ਕਰ ਲਾ। ਹਾਂਜੀ। ਤੂੰ ਦਾਏ ਬਾਏ ਦੀ ਹੋ ਗਿਆ, ਆਪਣੇ ਪਿੰਡਾਂ ਦੇ ਹੀ ਨੇ, ਨਾਲ ਦੇ ਪਿੰਡ ਸੀਗੇ ਨੇੜੇ, ਵੀ ਤੂੰ ਪਹਿਲਾਂ ਦੇਖ ਲਾ ਕੁੜੀ, ਜੇ ਤੈਨੂੰ ਪਸੰਦ ਆ ਫਿਰ ਆਪਾਂ ਜਾਵਾਂਗੇ ਸ਼ਗਨ। ਮੈਂ ਕਿਹਾ ਹੁਣ ਮੈਂ ਪ੍ਰੋਗਰਾਮ ਬਣਾਇਆ ਹੋਇਆ ਕਿੱਦਾਂ, ਹੈ ਨਾ। ਮੈਂ ਉਹ ਕਹਿੰਦੇ ਚੱਲ ਤੂੰ ਇੱਦਾਂ ਕਰ, ਜੇ ਤੈਨੂੰ ਇਵੇਂ ਲੱਗਦਾ ਤੂੰ, ਉਹਨਾਂ ਦੇ ਪਿੱਛੇ ਲੋਜਿਕ ਇਹ ਸੀ, ਉਹ ਕਹਿੰਦੇ ਆਪਾਂ ਧੀਆਂ ਵਾਲੇ ਹਾਂ, ਹਾਂਜੀ, ਮੇਰੀਆਂ ਦੋ ਭੈਣਾਂ ਨੇ, ਹੈ ਨਾ। ਮੈਂ ਨਹੀਂ ਚਾਹੁੰਦਾ ਆਪਾਂ ਜਾਈਏ ਕਿਸੇ ਦੀ ਕੁੜੀ ਨੂੰ ਇਹ ਕਹਿ ਕੇ ਆ ਜਾਈਏ ਵੀ ਇਹਦਾ ਰੰਗ ਨਹੀਂ, ਰੰਗ ਠੀਕ ਨਹੀਂ, ਕੱਦ ਠੀਕ ਨਹੀਂ, ਸਾਨੂੰ ਪਸੰਦ ਨਹੀਂ ਆਈ, ਭਾਰੀ ਹੈ, ਪਤਲੀ ਹੈ, ਮੋਟੀ ਹੈ, ਵਾਟੇਵਰ, ਤੁਸੀਂ ਨਾ ਪਸੰਦ ਕਰਦੇ ਹੋ ਅਗਲਾ ਰੀਜ਼ਨ ਤਾਂ ਪੁੱਛਦਾ ਹੀ ਆ, ਨਾਲੇ ਇੱਕ ਉਹਦੇ ਅੰਦਰ ਤਾਂ ਇਨਫੀਰੀਟੀ ਕੰਪਲੈਕਸ ਜਾਊਗਾ ਹੀ, ਵੀ ਪਤਾ ਨਹੀਂ ਕੀ ਗੱਲ ਮੇਰੇ 'ਚ ਕੋਈ ਕਮੀ ਆ। ਹਾਂ। ਤਾਂ ਉਹ ਕਹਿੰਦੇ ਵੀ ਚੱਲ ਤੁਸੀਂ ਐਂ ਕਰੋ, ਮੈਂ ਤਾਂ ਨਹੀਂ ਜਾਂਦਾ, ਤੁਸੀਂ ਜਾਇਓ, ਵੀ ਜੇ ਤੂੰ ਮੇਰੀ ਗੱਲ ਨਹੀਂ ਮੰਨਣੀ ਤਾਂ ਤੂੰ ਜਾਇਆ, ਤੂੰ ਜਾਇਆ, ਜਾ ਕੇ ਸਿਲੈਕਟ ਕਰ ਲਾ, ਮੈਂ ਫਿਰ ਦੇਖ ਲਊਂਗਾ। ਹਾਂ ਠੀਕ ਹੈ। ਤਾਂ ਅਸੀਂ ਗਏ, ਮੇਰੀ ਦਾਦੀ ਨਾਲ ਚਲੀ ਗਈ। ਅੱਛਾ ਜੀ। ਤਾਂ ਮੇਰੇ ਸਹੁਰਾ ਸਾਹਿਬ ਜਾਂਦੇ ਹੋ, ਕਹਿੰਦੇ ਤੁਹਾਡੇ ਪਿਤਾ ਜੀ? ਹਾਂਜੀ। ਮੈਂ ਕਿਹਾ ਜੀ ਉਹ ਤਾਂ ਨਹੀਂ ਆਏ, ਹੈ ਨਾ, ਮੈਂ ਕਿਹਾ ਮੁੰਡੇ ਢਿੱਲੇ ਸੀ। ਅੱਛਾ ਜੀ। ਉਹ ਕਹਿੰਦੇ ਨਾ, ਪਹਿਲਾਂ ਉਹਨਾਂ ਲੈ ਗਿਆ। ਅੱਛਾ ਜੀ। ਉਹ ਮੈਂ ਕਿਹਾ ਕੋਈ ਨਹੀਂ, ਕੋਈ ਨਹੀਂ, ਮੈਂ ਲੈ ਆਊਂਗਾ ਜੀ, ਕੋਈ ਨਹੀਂ, ਬੈਠੋ, ਹੈ ਨਾ। ਹਾਂਜੀ। ਮੇਰੇ ਮਨ 'ਚ ਮੈਂ ਦੇਖ ਦੂਖ ਲਵਾਂ। ਹਾਂਜੀ ਹਾਂਜੀ। ਫਿਰ ਮੈਂ ਲੈ ਕੇ, ਫਿਰ ਲੈ ਕੇ ਆਊਂਗਾ ਮੈਂ, ਹੈ ਨਾ। ਤਾਂ ਚਲੋ ਉਹਨਾਂ ਨੇ ਬਿਠਾਏ ਚਾਹ ਪਾਣੀ ਜਿਹਾ ਪੀਤਾ, ਇੰਨੇ ਚੋਂ ਮੇਰਾ ਵੀ ਮਸਲਾ ਜਿਹਾ ਹੱਲ ਹੋ ਗਿਆ। ਅੱਛਾ ਜੀ। ਤੁਸੀਂ ਦੇਖ ਲਿਆ? ਦੇਖ ਲਿਆ। ਅਤੇ ਮੈਂ ਕਿਹਾ ਚਲ ਹੁਣ ਠੀਕ ਆ, ਹਾਂਜੀ, ਹੁਣ ਬਾਪੂ ਨੂੰ ਲਿਆਉਣਾ, ਸ਼ਗਨ ਪਾਊ ਪਾ ਦੇਵੇ, ਹੈ ਨਾ, ਠੀਕ ਹੈ ਜੀ। ਅਤੇ ਘਰੇ ਗਏ, ਮੈਂ ਗਿਆ ਵਾਪਸ, ਨੇੜੇ ਪਿੰਡ ਸੀਗਾ, ਜਾ ਕੇ ਬਾਪੂ ਨੂੰ ਲਿਆਉਂਦਾ। ਬਾਪੂ ਆਇਆ, ਕਹਿੰਦਾ ਭਾਈ ਠੀਕ ਆ, ਤੁਹਾਨੂੰ ਠੀਕ ਆ, ਮੁੰਡਾ ਪਸੰਦ ਆ, ਐਂ ਕੀਤੀਆਂ ਦੋ ਗੱਲਾਂ, ਪਰ ਅਸੀਂ ਆਪਸ 'ਚ ਕੋਈ ਗੱਲ ਨਹੀਂ ਕੀਤੀ। ਅੱਛਾ ਜੀ। ਮੇਰੇ ਸਹੁਰਾ ਸਾਹਿਬ ਜੀ ਕਹਿੰਦੇ ਸੀਗੇ, ਦੇਖਿਆ ਹੀ ਸੀ, ਹਾਂ ਵੀ ਤੁਸੀਂ ਬਹਿ ਕੇ ਰੂਮ 'ਚ ਗੱਲ ਕਰੋ, ਕਹਿੰਦੇ ਕੀ ਗੱਲ ਕਰਨੀ ਆ। ਹੁਣ ਤਾਂ ਬਾਪੂ ਆ ਗਿਆ, ਹੁਣ ਤਾਂ ਬਾਪੂ ਆ ਗਿਆ, ਹੁਣ ਤਾਂ ਰਿਸ਼ਤਾ ਹੋ ਗਿਆ, ਮੈਂ ਗੱਲ ਕਰਾਂ ਜੋ ਮਰਜ਼ੀ। ਮੈਂ ਜਾਣ ਕੇ ਬਾਪੂ ਨੂੰ ਉਦਾਂ ਹੀ ਫਨੀ ਵੇ ਨਾਲ, ਹੈ ਨਾ, ਹਾਂਜੀ, ਜਦੋਂ ਪਾ ਰਹੇ, ਮੈਂ ਬਾਪੂ ਤੂੰ ਥੋੜ੍ਹੀ ਕਾਹਲੀ ਕਰ ਗਿਆ, ਹੈ ਨਾ, ਕਹਿੰਦੇ ਕੀ ਗੱਲ? ਮੈਂ ਮੈਨੂੰ ਨਾ ਕੁੜੀ ਦੀ ਹਾਈਟ ਥੋੜ੍ਹੀ ਜਿਹੀ ਘੱਟ ਲੱਗਦੀ ਹੈ। ਅੱਛਾ ਜੀ। ਕਹਿੰਦਾ ਫੌਜ 'ਚ ਭਰਤੀ ਕਰਾਉਣੀ ਆ। ਇਹ ਦੇਖੋ ਜਿਹੜੇ ਨਾ, ਮਤਲਬ ਇੰਨਾ ਸਿੱਧਾ ਜਿਹਾ ਕੰਮ ਸੀ, ਤੁਹਾਨੂੰ ਹੋਰ ਸਰਪ੍ਰਾਈਜ਼ ਦੀ ਗੱਲ ਦੱਸਦਾ। ਅੱਛਾ ਜੀ। ਉਹ ਤੋਂ ਬਾਅਦ ਉਹਨਾਂ ਨੇ ਜਦੋਂ ਫਿਰ ਵਾਪਸ ਜਾਣਾ ਸੀ ਕੈਨੇਡਾ, ਹਾਂਜੀ, ਕਿਉਂਕਿ ਪਹਿਲੀ ਵਾਰੀ ਕੈਨੇਡਾ ਹਲੇ ਜਾਣਾ ਸੀ ਮੇਰੀ ਵਾਈਫ, ਅੱਛਾ ਜੀ, ਗਏ ਨਹੀਂ ਸੀ ਉਹ, ਇੱਥੇ ਸੀ, ਫਾਈਲ ਲੱਗੀ ਸੀਗੀ, ਠੀਕ ਹੈ ਜੀ। ਤਾਂ ਮੈਨੂੰ ਮੇਰੇ ਜਿਹੜਾ ਬ੍ਰਦਰ ਇਨ ਲਾ, ਉਹਨੇ ਕਿਹਾ ਵੀ ਆਪਾਂ ਦਿੱਲੀ ਉਹਨੂੰ ਚੜਾਉਣ ਜਾਣਾ। ਹਾਂਜੀ। ਮੈਂ ਕਿਹਾ ਚਲੇ ਚੱਲਾਂਗੇ, ਠੀਕ ਹੈ, ਹੈ ਨਾ। ਮੈਂ ਚਲੇ ਗਿਆ, ਉਦੋਂ ਬੱਸ 'ਤੇ ਜਾਂਦੇ ਹੁੰਦੇ ਸੀਗੇ ਜ਼ਿਆਦਾ, ਹੈ ਨਾ, ਰਾਹ ਰੂਹ ਖਰਾਬ ਸੀ, ਸੜਕ ਬਹੁਤ ਨਕਮੀ ਸੀ। ਤੁਸੀਂ ਲੁਧਿਆਣੇ ਬੱਸ ਅੱਡੇ ਤੋਂ ਰੋਡਵੇਜ ਦੀ ਬੱਸ ਦੇ ਮੂਹਰੇ ਟੈਚੀ ਰੱਖ ਲਈ, ਜਿਹੜੇ ਇੱਕ ਸੀਟ ਜੀ ਹੁੰਦੀ ਹੈ, ਹਾਂਜੀ ਹਾਂਜੀ, ਉੱਥੇ ਅਸੀਂ ਬਹਿ ਗਏ, ਠੀਕ ਹੈ, ਬਹਿ ਗਏ ਤਾਂ ਦਿੱਲੀ ਦੀਆਂ ਟਿਕਟਾਂ ਲੈ ਲਈਆਂ। ਅੱਛਾ ਜੀ। ਇੱਕ ਸੀਟ 'ਤੇ ਹੀ ਬੈਠੇ ਹਾਂ, ਹਾਂਜੀ, ਮੇਰੇ ਨਾਲ ਮੇਰੀ ਹੋਣ ਵਾਲੀ ਪਤਨੀ ਬੈਠੀ ਆ, ਹੈ ਨਾ, ਉਹਦਾ ਭਰਾ ਬੈਠਾ, ਸਾਰੇ ਨਾਲ ਕੋਈ ਗੱਲ ਨਹੀਂ ਕੀਤੀ ਦਿੱਲੀ ਤੱਕ। ਅੱਛਾ ਜੀ। ਇੱਕ ਵੀ ਕੀ ਮਨ ਦੇ ਵਿੱਚ ਡਰ ਸੀ? ਨਹੀਂ, ਡਰ ਵੀ ਨਹੀਂ ਸੀ, ਜਾਂ ਇਹ ਸੀ ਵੀ ਮੈਂ ਕੀ ਗੱਲ ਕਰ ਰਹੀ ਹਾਂ, ਅੱਛਾ ਵੀ ਮੈਂ ਹੁਣ ਸਾਜ ਰਹੀ ਕਿਹੜੀ ਗੱਲ ਕਰਨੀ ਹੈ। ਹਾਂਜੀ ਹਾਂਜੀ ਹਾਂਜੀ। ਹੁਣ ਉਹਦੇ ਉੱਤੋਂ ਦੀ ਮੈਂ ਆਪਦੇ ਰਿਸ਼ਤੇਦਾਰ ਨਾਲ ਤਾਂ ਗੱਲ ਕਰਦਾ ਸੀ, ਬ੍ਰਦਰ ਇਨ ਲਾ ਨਾਲ, ਪਰ ਉਹਦੇ ਨਾਲ ਨਹੀਂ ਕੋਈ ਗੱਲ ਕੀਤੀ। ਤੇ ਅੱਜ ਦੇ ਵੀਰ ਨਾਲ ਦੇਖਣਾ ਹੋਵੇ ਤੇ ਕਿੰਨੇ ਰੂਡ ਸੀ ਤੁਸੀਂ? ਕਿੰਨੇ ਰੂਡ ਸੀਗੇ, ਬੰਦਾ ਕਹੂਗਾ ਕਹੂਗੀ ਮੈਂ ਤਾਂ ਇਹਨਾਂ ਮੈਂ ਨਹੀਂ ਕਰਾਉਣਾ, ਇਹ ਬੰਦੇ ਨੂੰ ਤਾਂ ਇੰਨਾ ਹੀ ਨਹੀਂ ਪਤਾ ਬਈ ਇਹਨੂੰ ਇਹ ਨਾ ਸਤਿ ਸ੍ਰੀ ਅਕਾਲ ਨਾ ਹਾਲ ਚਾਲ। ਉੱਥੇ ਜਾ ਕੇ 에ਅਰਪੋਰਟ ਤੇ ਜਾਨੀ ਅੰਦਰ ਜਾਣ ਵੇਲੇ ਵੀ ਸਿਰਫ ਮੈਂ ਹੀ ਕਿਹਾ ਵੀ ਚਿੱਠੀ ਚੁੱਠੀ ਲਿਖ ਦਿਓ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਚਿੱਠੀ ਦੱਸੋ, ਚਿੱਠੀ ਦੱਸੋ, ਚਿੱਠੀ ਆਈ ਕਿ ਨਹੀਂ ਕੋਈ? ਸੋ ਮਤਲਬ ਸਮੇਂ ਦਾ ਇੰਨਾ ਫਰਕ ਪੈ ਗਿਆ। ਹੁਣ ਅੱਜ
ਅੱਜ ਦਾ ਸਮਾਂ ਹੋਰ ਹੁਣ ਤੁਹਾਡੇ ਵਾਲਾ ਸਮਾਂ ਆ ਗਿਆ ਹੁਣ ਤੁਸੀਂ ਦੱਸੋ ਤੁਹਾਡੇ ਸਮੇਂ ਕੀ ਸੀ ਤੁਸੀਂ ਤਾਂ ਕੈਨੇਡਾ ਤੋਂ ਆਏ ਸੀ ਮੈਂ ਤੁਹਾਨੂੰ ਦੱਸਦਾ ਜੀ ਅੱਜ ਦਾ ਦਿਨ ਮੇਰੇ ਲਈ ਵੀ ਇਤਿਹਾਸਿਕ ਦਿਨ ਆ ਅੱਛਾ ਕਾਰਨ ਕੀ ਹੈ ਕਿ ਅੱਜ ਦੇ ਦਿਨ ਹੀ ਮੇਰੀ ਮੰਗਣੀ ਹੋਈ ਸੀ ਲੋ ਐਨਵਰਸਰੀ ਮੰਗਣੀ ਤੇ 14 ਫਰਵਰੀ ਨੂੰ ਕੀ ਹੋਇਆ ਸੀਗਾ ਜੀ ਇਵੇਂ ਜਿਵੇਂ ਤੁਹਾਡੀ ਹੈ ਨਾ ਤੁਹਾਡੀ ਗੱਲਬਾਤ ਚੱਲੀ ਆ ਸਾਡਾ ਜ਼ਮਾਨਾ ਥੋੜ੍ਹਾ ਜਿਹਾ ਐਡਵਾਂਸ ਹੋ ਗਿਆ ਸੀ ਕਾਰਨ ਕੀ ਸੀਗਾ ਕਿ ਉਸ ਕਾਲਜ ਦੇ ਵਿੱਚ ਪੜ੍ਹਦੇ ਸੀਗੇ ਅਤੇ ਜਿਹੜੇ ਮੇਰੇ ਘਰੋਂ ਆ ਉਹ ਵੀ ਇੱਥੇ ਲੁਧਿਆਣੇ ਪੜ੍ਹਦੇ ਸੀਗੇ ਅੱਛਾ ਅਤੇ ਜਦੋਂ ਗੱਲ ਤੁਰੀ ਗੱਲ ਤੁਰਨ ਤੋਂ ਬਾਅਦ ਉਹਨਾਂ ਨੇ ਫੋਟੋ ਭੇਜੀ ਵੀ ਕੁੜੀ ਦੇਖ ਲਓ ਜੀ ਸਿਲੈਕਟ ਕਰ ਲਓ ਅਤੇ ਜੇ ਤੁਹਾਨੂੰ ਓਕੇ ਆ ਤਾਂ ਆਪਾਂ ਬੈਠ ਕੇ ਫਾਈਨਲ ਕਰ ਦਿੰਦੇ ਅਤੇ ਮੈਂ ਕੁੜੀ ਦੇਖੀ ਮੈਂ ਕਿਹਾ ਵੀ ਡੈਡੀ ਵੀ ਜੇ ਤੁਹਾਨੂੰ ਘਰ ਪਰਿਵਾਰ ਪਸੰਦ ਆ ਕੁੜੀ ਮੈਨੂੰ ਪਸੰਦ ਆ ਕਿਉਂਕਿ ਰੇਂਜ ਮੈਰਿਜ ਸੀ ਦੇਖੀ ਕੁੜੀ ਘਰਦਿਆਂ ਨਹੀਂ ਸੀਗੀ ਅਤੇ ਜਦੋਂ ਉਹਨਾਂ ਨੇ ਓਕੇ ਕੀਤਾ ਓਕੇ ਕਰਕੇ ਅਤੇ ਜਿੱਦਣ ਅਸੀਂ ਬੈਠੇ ਹਾਂ ਉੱਦਣ ਮੇਰਾ ਦਾਦਾ ਮੇਰੇ ਡੈਡੀ ਜੀ ਮੇਰੇ ਮਾਤਾ ਜੀ ਮੈਂ ਅਤੇ ਅਸੀਂ ਚਲੇ ਗਏ ਹਾਂ ਹਵੇਲੀ ਜਿਹੜਾ ਇੱਥੇ ਮੁੱਲਾਪੁਰ ਆ ਮੁੱਲਾਪੁਰ ਹਾਂਜੀ ਹਾਂਜੀ ਹਾਂ ਸੋ ਇਹ ਗੱਲ ਹੈਗੀ ਹੈ ਜੀ 2009 ਦੀ 14 ਫਰਵਰੀ 2009 ਅਤੇ ਅਸੀਂ ਬੈਠੇ ਉੱਥੇ ਬੈਠ ਕੇ ਉਹ ਜਿਵੇਂ ਤੁਸੀਂ ਕਹਿੰਦੇ ਹੋ ਮੈਂ ਹੁਣ ਪਰਿਵਾਰ ਬੈਠਾ ਵਾ ਅਸੀਂ ਮੂਹਰੇ ਬੈਠੇ ਹਾਂ ਪਰਿਵਾਰ ਆਪਸ ਵਿੱਚ ਗੱਲਾਂ ਕਰੀ ਜਾਂਦਾ ਜਿਹੜੇ ਮੇਰੇ ਇਨਲੋਜ਼ ਵੱਲੋਂ ਦਾਦਾ ਜੀ ਸੀਗੇ ਉਹ ਫੌਜ 'ਚ ਭਰਤੀ ਸੀ ਉਹ ਵੀ ਫੌਜ ਤੋਂ ਰਿਟਾਇਰਡ ਸੀਗੇ ਆਰਮੀ ਤੋਂ ਅਤੇ ਉਹ ਫਿਰ ਤੁਹਾਨੂੰ ਪਤਾ ਆਰਮੀ ਦੀਆਂ ਗੱਲਾਂ ਉਹਨਾਂ ਨੇ ਉਹ ਗੱਲਾਂ ਸ਼ੁਰੂ ਕਰ ਲਈਆਂ ਫਿਰ ਉਹ ਸਾਰੀ ਗੱਲ ਅਤੇ ਅਸੀਂ ਸਾਰਾ ਲੰਚ ਲੁੰਚ ਕਰ ਲਿਆ ਭਾਈ ਹੈ ਨਾ ਅਤੇ ਵੀ ਹੁਣ ਕਹਿੰਦੇ ਵੀ ਚਲੋ ਠੀਕ ਹੈ ਵੀ ਦੱਸੋ ਕਦੋਂ ਹੈ ਨਾ ਕਹਿੰਦੇ ਮੁੰਡਾ ਤਾਂ ਪਰਸੋਂ ਚੱਲਿਆ 15 ਤਰੀਕ ਨੂੰ ਮੈਂ ਜਾਣਾ ਸੀਗਾ ਫਲਾਈਟ ਸੀਗੀ ਆਇਆ ਮੈਂ ਸਟੱਡੀ ਵੀਜ਼ੇ ਦੇ ਉੱਤੇ ਸੀਗਾ ਅਤੇ ਫਿਰ ਉਹਨਾਂ ਦੀ ਨਾ ਮਾਮੀ ਸੀਗੀ ਜਿਹੜੀ ਮੇਰੇ ਵਾਈਫ ਦੀ ਉਹਨੇ ਕਿਹਾ ਵੀ ਮੁੰਡਾ ਕੁੜੀ ਨੂੰ ਤਾਂ ਗੱਲ ਕਰ ਲੈਂਦਾ ਆਪਸ ਵਿੱਚ ਵੀ ਆਪਾਂ ਤੁਸੀਂ ਤਾਂ ਆਪਸ ਵਿੱਚ ਬਹੁਤ ਗੱਲਾਂ ਕਰ ਲਿਆ ਹਾਂ ਉਹ ਕਹਿੰਦੇ ਫਿਰ ਚੱਲ ਮਾਮੀ ਵੀ ਲੈ ਗਈ ਸਾਨੂੰ ਬਾਹਰ ਹੁਣ ਮਾਮੀ ਸਾਡੀ ਵਿੱਚ ਹੁਣ ਅਸੀਂ ਹੁਣ ਬਾਹਰ ਖੜੇ ਹਾਂ ਬਾਹਰ ਖੜੇ ਹੁਣ ਕੀ ਬੰਦਾ ਗੱਲਾਂ ਤੁਸੀਂ ਮੈਨੂੰ ਦੱਸੋ ਵੀ ਜਦੋਂ ਪਹਿਲੀ ਵਾਰੀ ਆਪਾਂ ਮਿਲਦੇ ਹਾਂ ਕੀ ਹਾਲ ਚਾਲ ਹੈ ਜੀ ਕਿਵੇਂ ਹੋ ਜੀ ਠੀਕ ਹੋ ਹੈ ਨਾ ਅਤੇ ਮੈਂ ਇੰਨੀ ਕੁ ਗੱਲ ਜ਼ਰੂਰ ਕੀਤੀ ਸੀ ਮੈਂ ਕਿਹਾ ਵੀ ਮੈਂ ਕੈਨੇਡਾ 'ਚ ਪੱਕਾ ਨੀਗਾ ਵੀ ਇਹ ਸੋਚ ਕੇ ਵੀ ਤੁਸੀਂ ਕੈਨੇਡਾ ਜਾਣਾ ਵਾ ਜਾਂ ਇਹ ਆ ਹੈ ਨਾ ਵੀ ਇਹੋ ਜਿਹੀ ਗਲਤੀ ਨਾ ਰੱਖਿਓ ਵੀ ਕੱਲ੍ਹ ਨੂੰ ਮੇਰਾ ਨਾਂ ਬਣੇ ਐਵੇਂ ਤੁਸੀਂ ਕਹੋ ਵੀ ਕੈਨੇਡਾ ਦੇ ਨਾਲ ਨੂੰ ਰਿਸ਼ਤਾ ਹੋਇਆ ਸੀ ਜਾਂ ਉਹੋ ਜਿਹੀ ਗੱਲ ਪਈ ਦਿਮਾਗ ਉਹ ਕਹਿੰਦੇ ਨਹੀਂ ਵੀ ਮੇਰਾ ਤਾਂ ਕੈਨੇਡਾ ਜਾਣਾ ਹੀ ਨਹੀਂ ਚਾਹੁੰਦੀ ਅੱਛਾ ਵੀ ਮੇਰੇ ਦਿਮਾਗ 'ਚ ਇਹੋ ਜਿਹੀ ਕੋਈ ਕਰੇਜ ਨਹੀਂ ਹੈ ਹਾਂ ਵੀ ਇਹ ਘਰਦਿਆਂ ਨੇ ਸਿਲੈਕਟ ਕੀਤਾ ਅਤੇ ਮੈਂ ਉਹਦੀ ਗੱਲ ਮੈਨੂੰ ਉਹਦੀ ਕੁੜੀ ਦੀ ਗੱਲ ਵਧੀਆ ਲੱਗੀ ਮੈਂ ਕਿਹਾ ਸਿਆਣੀ ਕੁੜੀ ਆ ਜੇ ਘਰਦਿਆਂ ਦੀ ਗੱਲ ਮੰਨਦੀ ਆ ਕੱਲ੍ਹ ਨੂੰ ਮੇਰੇ ਮਾਂ ਬਾਪ ਦੀ ਮੰਨੂਗੀ ਹੈ ਨਾ ਅਤੇ ਬਸ ਜੀ ਉਹ ਦਿਨ ਸੀਗਾ ਉਸ ਤੋਂ ਬਾਅਦ 14 ਤਰੀਕ ਨੂੰ ਅਸੀਂ ਸਾਡੀ ਰਿੰਗ ਸੈਰਾਮਨੀ ਹੋਈ ਆ ਅਤੇ ਉਸੇ ਸਾਲ ਹੀ ਨਵੰਬਰ ਦੇ ਵਿੱਚ 20 ਨਵੰਬਰ ਨੂੰ ਮੇਰਾ ਵਿਆਹ ਹੋ ਗਿਆ ਤੁਸੀਂ ਵਾਪਸ ਗਏ ਕੈਨੇਡਾ ਹਾਂਜੀ ਮੈਂ ਵਾਪਸ ਕੈਨੇਡਾ ਗਿਆ ਮੈਂ ਵਾਪਸ ਆਇਆ ਵਿਆਹ ਕਰਾ ਕੇ ਫਿਰ ਗਿਆ ਫਿਰ ਮੈਂ ਵਿਜ਼ਟਰ ਵੀਜ਼ੇ 'ਤੇ ਵਾਈਫ ਨੂੰ ਸੱਦਿਆ ਫਿਰ ਉਹਨਾਂ ਦਾ ਵਰਕ ਪਰਮਿਟ ਲਾਇਆ ਇੰਨੇ ਕੁ ਚਿਰ 'ਚ ਮੈਂ ਕੰਸਲਟੈਂਟ ਬਣ ਗਿਆ ਸੀਗਾ ਜਦੋਂ 2-3 ਫਾਈਲਾਂ ਆਪ ਲਾਈਆਂ ਫਿਰ ਉਹਨਾਂ ਨੂੰ ਵਰਕ ਪਰਮਿਟ ਲੈ ਕੇ ਦਿੱਤਾ ਫਿਰ ਮੰਮੀ ਡੈਡੀ ਆ ਗਏ ਫਿਰ ਸਿਸਟਰ ਦਾ ਲਾਇਆ ਫਿਰ ਬ੍ਰਦਰ ਦਾ ਲਾਇਆ ਸਾਰਾ ਪਰਿਵਾਰ ਇਕੱਠਾ ਹੋ ਗਿਆ ਜੀ ਕਹਿੰਦੇ ਇੱਕ ਵਾਰੀ ਮੁੰਡਾ ਹੀ ਦੇਣ ਜਾਣ ਵਿਚਾਰਾ ਹੈ ਨਾ ਹਾਂਜੀ ਕੁੜੀ ਦੇਖਣ ਚਲਿਆ ਗਿਆ ਹਾਂਜੀ ਉਹਨੂੰ ਪਤਾ ਲੱਗੇ ਗੱਲ ਕਿੱਥੋਂ ਸ਼ੁਰੂ ਕਰਨੀ ਆ ਹਾਂਜੀ ਉਹ ਕਹਿੰਦੇ ਭੈਣ ਜੀ ਕਿੰਨੇ ਭੈਣ ਭਰਾ ਹੋ ਉਹ ਕਹਿੰਦੇ ਦੋ ਭੈਣਾਂ ਨੇ ਭਰਾ ਪਹਿਲਾਂ ਦੋ ਸੀ ਹੁਣ ਤਿੰਨ ਹੁਣ ਤੁਹਾਡੇ ਸਾਰੇ ਤਿੰਨ ਹੋ ਗਏ ਸੋ ਬੜਾ ਪਿਆਰਾ ਮਾਹੌਲ ਹੈ ਜੀ ਇੱਥੇ ਦਾ ਤੇ ਪੰਜਾਬ ਦੇ ਦੌਰੇ ਦੇ ਅਸੀਂ ਖੂਬ ਆਨੰਦ ਲੈ ਰਹੇ ਹਾਂ ਤੇ ਅੱਜ ਰਾਤ ਆਨੰਦਪੁਰ ਸਾਹਿਬ ਸੀ ਅੱਜ ਦਿਨੇ ਇੱਕ ਮੈਰਿਜ ਮੋਹਾਲੀ ਚੰਡੀਗੜ੍ਹ ਦੇ ਵਿੱਚ ਸੀ ਅਤੇ ਉੱਥੋਂ ਸੋਚਿਆ ਕਿ ਆਪ ਜੀ ਨਾਲ ਸਾਂਝ ਪਾਉਣ ਲਈ ਇੱਥੇ ਸੁਖਨਾ ਲੇਕ 'ਤੇ ਆਏ ਵੈਲੰਟਾਈਨ ਦੇਖੇ ਇੱਥੇ ਦਾ ਅਤੇ ਦਰਸ਼ਕਾਂ ਨੂੰ ਇੱਕ ਹੋਰ ਗੱਲ ਦੱਸਦਾ ਵੀ ਜਿੱਦਾਂ ਦੇ ਸਮਰਾ ਸਾਹਿਬ ਇੱਥੇ ਆਏ ਆ ਮੈਂ ਕਹਿੰਦਾ ਵੀ ਕੋਈ 2-4 ਦਿਨ ਹੋਣਗੇ ਜਿੱਦਣ ਅਸੀਂ ਨਹੀਂ ਮਿਲੇ ਰੋਜ਼ ਅਸੀਂ ਇਕੱਠੇ ਹੁੰਦੇ ਹਾਂ ਸੋ ਗੱਲ ਕੀ ਹੋਈ ਉਹ ਇੱਕ ਤਾਂ ਸੋਚ ਮਿਲਦੀ ਆ ਇੱਕ ਪ੍ਰੇਮ ਆ ਪਿਆਰ ਆ ਇੱਕ ਆਏ ਉੱਥੋਂ ਹੁਣ ਜਾਣਾ ਇਕੱਠੇ ਆ ਅਤੇ ਹੁਣ ਸਮਰਾ ਸਾਹਿਬ ਕਹਿੰਦੇ ਮੈਨੂੰ ਇਹ ਡਰ ਲੱਗਦਾ ਵੀ ਅਗਲੀ ਵਾਰੀ ਮੇਥੋਂ ਇਕੱਲੇ ਤੋਂ ਨਹੀਂ ਆਉਣਾ ਕਿ ਨਹੀਂ ਬਿਲਕੁਲ ਇਹ ਕਹਿੰਦੇ ਵੀ ਮੈਂ ਹੁਣ ਜਿੰਨਾ ਕੁ ਇੰਜੋਏ ਇੱਥੇ ਕਰ ਲਿਆ ਤੁਹਾਡੇ ਨਾਲ ਅਤੇ ਵੀ ਇਹ ਮੈਨੂੰ ਲੱਗਦਾ ਵੀ ਆਪਾਂ ਨੂੰ ਇਕੱਠੇ ਹੀ ਆਉਣਾ ਪੈਣਾ ਇਕੱਠੇ ਆਉਣਾ ਪਿਆ ਕਰਨਾ ਗੱਲ ਕੀ ਹੈ ਜੀ ਜਦੋਂ ਬੰਦਾ ਇੱਥੇ ਆਉਂਦਾ ਨਾ ਤੁਸੀਂ ਵੀ ਸਾਰੇ ਛੁੱਟੀਆਂ 'ਤੇ ਜਾਂਦੇ ਹੋਵੋਗੇ ਇੱਕ ਲਿਮਿਟਡ ਛੁੱਟੀਆਂ ਹੁੰਦੀਆਂ ਸਾਰਿਆਂ ਨੂੰ ਜਦੋਂ ਤੁਸੀਂ 4-5 ਦਿਨ 6 ਦਿਨ ਤੁਸੀਂ ਘਰ ਰਹਿੰਦੇ ਹੋ ਜਾਂ ਤੁਸੀਂ ਪਿੰਡ ਰਹਿੰਦੇ ਹੋ ਹੈ ਨਾ ਉਸ ਤੋਂ ਬਾਅਦ ਉਹ ਜਿਹੜੇ ਦਿਨ ਆ ਉਹ ਇੱਕੋ ਜਿਹੇ ਹੋਣ ਲੱਗ ਜਾਂਦੇ ਆ ਮਤਲਬ ਨਾ 10 ਕੁ ਦਿਨਾਂ ਬਾਅਦ ਬੰਦਾ ਬੋਰ ਜਿਹਾ ਹੋਣਾ ਸ਼ੁਰੂ ਹੋ ਜਾਂਦਾ ਜੇ ਉਹ ਕੋਈ ਚੇਂਜ ਨਾ ਲੈ ਕੇ ਆਵੇ ਹੁਣ ਆਪਾਂ ਤਾਂ ਘਰੇ ਟਿਕ ਕੇ ਬੈਠੇ ਹੀ ਨਹੀਂ ਜਿਸ ਦਿਨ ਆਪਾਂ ਆਈਦਾ ਕਿਤੇ ਬੋਰ ਹੋ ਗਿਆ ਕਿਤੇ ਆਪਾਂ ਵਿਆਹ 'ਤੇ ਚਲੇ ਗਏ ਅਤੇ ਕਦੇ ਪੌਡਕਾਸਟ ਦੇ ਰਤਨ ਦੇ ਨਾਲ ਚਲੇ ਗਏ ਹੁਣ ਅਗਲੇ ਵੀ ਪ੍ਰੋਗਰਾਮ ਬੁੱਕ ਹੈ ਜੀ ਬਿਲਕੁਲ ਇਹ 7-8 ਅਸੀਂ ਪੌਡਕਾਸਟ ਇੱਥੇ ਕਰਨੇ ਆ ਜੀ
ਮੰਨੀਆਂ ਹੋਈਆਂ ਸ਼ਖਸੀਅਤਾਂ ਦੇ ਨਾਲ ਉਹਨਾਂ ਦੇ ਨਾਲ ਸਾਰਿਆਂ ਨਾਲ ਟਾਈਮ ਬੁੱਕ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਕਿ ਅਸੀਂ ਤੁਹਾਨੂੰ ਵਧੀਆ ਵਧੀਆ ਸ਼ਖਸੀਅਤਾਂ ਦੇ ਨਾਲ ਮਿਲਾਵਾਂਗੇ ਅਤੇ ਉਹਨਾਂ ਦੇ ਨਾਲ ਵੀ ਅਸੀਂ ਗੱਲਾਂ ਬਾਤਾਂ ਕਰਾਂਗੇ। ਸੋ ਇਸੇ ਤਰ੍ਹਾਂ ਤੁਸੀਂ ਸਾਡੇ ਪ੍ਰੋਗਰਾਮ ਨੂੰ ਪਿਆਰ ਦਿੰਦੇ ਰਹੋ ਅਤੇ ਇਸੇ ਤਰ੍ਹਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਰਹੋ ਅਤੇ ਸਮਾਂ ਇਜਾਜ਼ਤ ਨਹੀਂ ਦਿੰਦਾ, ਜੀ ਤਾਂ ਬਹੁਤ ਗੱਲਾਂ ਕਰਨ ਨੂੰ ਕਰਦਾ ਸੀਗਾ ਅਤੇ ਬਹੁਤ ਜਲਦੀ ਇੱਕ ਨਵੇਂ ਪੋਡਕਾਸਟ ਦੇ ਨਾਲ ਸ਼ਾਮਿਲ ਹੋਵਾਂਗੇ। ਲਈਏ ਜਾਇਜ਼ ਸੋਹਣਾ ਸਾਹਿਬ, ਸਤਿ ਸ਼੍ਰੀ ਅਕਾਲ, ਹੈਪੀ ਵੈਲੰਟਾਈਨ ਡੇ ਸਾਰਿਆਂ ਨੂੰ, ਵੈਲੰਟਾਈਨ ਡੇ ਜੀ, ਸਤਿ ਸ਼੍ਰੀ ਅਕਾਲ।